ਇਵਰੀਵਨ ਗਿਲਸ ਮੈਂਟਰ ਇਲਾਨਿਕ ਪਲੈਟਫਾਰਮ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਠੀਕ ਹੋਵੋਗੇ ਤੇ ਤੁਹਾਨੂੰ ਉਮੀਦਾਂ ਤੁਹਾਡੇ ਅੰਦਰ ਬਿਲਕੁਲ ਆਪਣੇ ਆਪ ਜਾਗ ਗਈਆਂ ਹੋਣੀਆਂ ਕਿਉਂਕਿ ਅੱਜ ਬਹੁਤ ਵੱਡਾ ਦਿਨ ਸੀ ਸਰਕਾਰ ਨਵੀਂ ਬਣ ਚੁੱਕੀ ਹੈ ਦਨ ਉਹਦੀ ਡਿਸਕਸ਼ਨ ਨੂੰ ਲੈ ਕੇ ਆਪਾਂ ਸਾਹਮਣੇ ਆਏ ਆ ਕਿ ਸਰਕਾਰ ਨਵੀਂ ਬਣੀ ਹੈ ਤਾਂ ਸਾਡੇ ਦਿਮਾਗ ਵਿੱਚ ਮਤਲਬ ਸਾਡੇ ਉਮੀਦਾਂ ਵਿੱਚ ਕੀ ਕੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਕਿ ਇਹ ਸਾਡੀ ਉਮੀਦ ਹੈ ਇਹ ਚੀਜ਼ ਸਾਡੀ ਪੂਰੀ ਹੋਣੀ ਚਾਹੀਦੀ ਹੈ ਜੇ ਆਪਾਂ ਇਹ ਐਜੂਕੇਸ਼ਨ ਪਲੈਟਫਾਰਮ ਹੈ ਤਾਂ ਹਮੇਸ਼ਾ ਸਟੂਡੈਂਟਸ ਦੀ ਗੱਲ ਕਰੇਗਾ ਕਦੀ ਵੀ ਕਿਸੇ ਪੋਲਿਟਿਕਲ ਲੀਡਰ ਦੀ ਗੱਲ ਨਹੀਂ ਕਰੇਗਾ ਮੈਂ ਇਵਨ ਕਿ ਆਪਣੇ ਸੀਐਮ ਭਗਵੰਤ ਮਾਨ ਜੀ ਦੀ ਗੱਲ ਵੀ ਨਹੀਂ ਕਰਾਂਗਾ ਮੈਂ ਗੱਲ ਕਰਾਂਗਾ ਸਟੂਡੈਂਟਸ ਦਾ ਮੁੱਦਾ ਕੀ ਹੈ ਸਟੂਡੈਂਟਸ ਕੀ ਚਾਹੁੰਦੇ ਨੇ ਸਟੂਡੈਂਟਸ ਨੂੰ ਸਭ ਤੋਂ ਪਹਿਲੀ ਉਮੀਦ ਹੁੰਦੀ ਹੈ ਕਿ ਸਾਡੀ ਜੇ ਟਾਈਮਲੀ ਰਿਕਰੂਟਮੈਂਟ ਪੂਰੀ ਹੋਵੇ ਪ੍ਰੋਸੈਸ ਪੂਰਾ ਹੋਵੇ ਡਰ ਤੇ ਉਸ ਵਿੱਚ ਜੇ ਆਪਾਂ ਦੇਖੀਏ ਤਾਂ ਪੈਂਡਿੰਗ ਕੀ ਪਿਆ ਆਪਣਾ ਜੇ ਆਪਾਂ ਪੀਪੀਐਸਸੀ ਦਾ ਦੇਖੀਏ ਤਾਂ ਪੈਂਡਿੰਗ ਕੀ ਪਿਆ ਆਪਣਾ ਕੋਈ ਦੱਸ ਸਕਦਾ ਹੈ ਪੈਂਡਿੰਗ ਆਪਣਾ ਨੈਪ ਪਿਆ ਹੈ ਨੈਪ ਤਹਿਸੀਲਦਾਰ ਦਾ ਠੀਕ ਹੈ ਉਸ ਤੋਂ ਇਲਾਵਾ ਜੇ ਮੈਂ ਦੇਖਾਂ ਉਸ ਤੋਂ ਇਲਾਵਾ ਕੋਆਪਰੇਟਿਵ ਇਨਸਪੈਕਟਰ ਦਾ ਕੋਰਸ ਮਾਫ ਕਰਨਾ ਕੋਆਪਰੇਟਿਵ ਦਾ ਐਗਜ਼ਾਮ ਡਨ ਉਹ ਪਿਆ ਆਪਣਾ ਠੀਕ ਹੈ ਤੇ ਉਸ ਤੋਂ ਇਲਾਵਾ ਜੇ ਮੈਂ ਗੱਲ ਆਖਾਂ 4 ਕਿਡ ਐਗਜ਼ਾਮ ਹੈ ਬਥੇਰੇ ਐਗਜ਼ਾਮ ਹੈ ਹੋਰ ਜਿਹੜੇ ਸਪੈਸ਼ਲਿਸਟ ਐਗਜ਼ਾਮ ਹੈ ਜਿਵੇਂ ਅਕਾਊਂਟੈਂਟ ਦਾ ਐਗਜ਼ਾਮ ਹੈ ਪ੍ਰਿੰਸੀਪਲ ਦਾ ਐਗਜ਼ਾਮ ਹੈ ਫੰਕਸ਼ਨ ਮੈਨੇਜਰ ਦਾ ਐਗਜ਼ਾਮ ਹੈ ਜੇ ਮੈਂ ਕਹੇ ਪੀਪੀਐਸ ਦੀ ਗੱਲ ਕਰ ਲਵਾਂ ਡਨ ਕਿਉਂਕਿ ਬੱਚੇ ਤਵੱਜਹ ਜਿਹੜੀ ਹੈ ਪੀ ਟ੍ਰਿਪਲ ਐਸ ਵੀ ਨਾਲੋਂ ਜ਼ਿਆਦਾ ਪੀਪੀਐਸ ਨੂੰ ਦਿੰਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੀਪੀਐਸ ਜਿਹੜੀ ਹੈ ਕਨਸਟੀਟਿਊਸ਼ਨਲ ਬੋਡੀ ਹੈ ਡਨ ਇਸ ਦੇ ਅੰਦਰ ਜਿਹੜੀਆਂ ਭਰਤੀਆਂ ਹੁੰਦੀਆਂ ਉਹਨਾਂ ਨੇ ਸਿਰ ਚੜਨਾ ਹੀ ਚੜਨਾ ਹੁੰਦਾ ਆਪਾਂ ਪਿਛਲੇ ਕੁਝ ਦੇਖਦੇ ਵੀ ਆਏ ਆ ਕਾਫੀ ਐਸੀ ਭਰਤੀਆਂ ਜਿਵੇਂ ਕੋਪਰੇਟਿਵ ਇਨਸ ਕਬਿਟੀ ਸੋਸਾਇਟੀ ਦਾ ਇਨਸਪੈਕਟਰ ਦਾ ਐਗਜ਼ਾਮ ਆ ਜਾਂਦਾ ਬਿਲਕੁਲ ਹੈਨਾ ਤੇ ਆਪਾਂ ਪੂਰੀ ਤਿਆਰੀ ਵੀ ਕਰਦੇ ਆਂ ਡਨ ਹੁਣ ਆਪਾਂ ਆਪਣੀ ਜੋਰਾ ਸ਼ੋਰਾ ਨਾਲ ਤਿਆਰੀ ਲਗਾਈ ਹੋਈ ਹੈ ਨੈਬ ਦੇ ਉੱਪਰ ਕਿਉਂਕਿ ਨੈਬ ਲਈ ਕਾਫੀ ਬੱਚਾ ਹੈ ਡਨ ਨੈਬ ਲਈ ਕਾਫੀ ਬੱਚਾ ਹੈ ਮਗਰ ਤੁਹਾਨੂੰ ਇੱਕ ਚਿੰਤਾ ਤੁਹਾਡੀ ਮੈਂ ਮੁਕਤ ਕਰਾਂਗਾ ਕਿ ਇਹ ਜਿਹੜਾ ਗਿਲਸ ਮੈਂਟਰ ਹੈ ਤੇ ਇਹ ਦੱਸਣਾ ਚਾਹਵੇਗਾ ਕਿ ਜਿੰਨਾ ਬੱਚਾ ਲੱਗਦਾ ਸੀ ਕਿ ਲੱਖ ਬੱਚੇ ਨੇ ਨੈਬ ਦਾ ਐਗਜ਼ਾਮ ਭਰਿਆ ਤੇ ਅੱਜ ਇਹ ਤੁਹਾਨੂੰ ਇਹ ਸਾਫ਼ ਕਲੀਅਰ ਕਰੇਗਾ ਕਿ ਬਹੁਤ ਹੀ ਘੱਟ ਬੱਚੇ ਹਨ ਯਾਨੀ ਕਿ 40 ਹਜ਼ਾਰ ਦੇ ਨੇੜੇ ਤੇੜੇ ਹੀ ਬੱਚੇ ਜਿਹੜੇ ਨੇ ਉਹ ਨੈਬ ਦਾ ਐਗਜ਼ਾਮ ਭਰਿਆ ਹੈ ਤੇ ਤੁਸੀਂ ਖੁਦ ਲਗਾਓ ਕਿ 50% ਤਾਂ ਐਸੇ ਬੱਚੇ ਨੇ ਜਿਨ੍ਹਾਂ ਨੇ ਹਲੇ ਵੀ ਸੀਰੀਅਸ ਨਹੀਂ ਹੈ ਹੈ ਨਾ ਜਿਹੜੇ ਬੱਚੇ ਤਿਆਰੀ ਨਹੀਂ ਕਰ ਰਹੇ ਉਹ ਹਲੇ ਵੀ ਸੀਰੀਅਸ ਨਹੀਂ ਹੈ ਜੇ ਤੁਹਾਨੂੰ ਸਾਫ਼ ਜੀ ਗੱਲ ਆਖਾਂ ਤਾਂ ਵੀ ਹਰ ਬੱਚਾ ਬੱਚਾ 20000 ਤੇ ਤੁਸੀਂ ਕੰਪੀਟੀਸ਼ਨ ਕਰ ਹੀ ਸਕਦੇ ਹੋ ਜੇ ਯੂਪੀਐਸਸੀ ਵਰਗੇ 15 ਲੱਖ ਬੱਚਿਆਂ ਵਿੱਚ ਬੱਚੇ ਆਪਣੇ ਆਪ ਨੂੰ ਕੰਪੀਟ ਕਰਦੇ ਨੇ ਤਿਆਰੀ ਕਰਦੇ ਨੇ ਤੁਸੀਂ ਤਾਂ 20000 ਚ ਕਰਨਾ ਹੈ ਡਨ ਤੁਹਾਡੀ ਤਿਆਰੀ ਨੂੰ ਤਾਂ ਕਰ ਹੀ ਸਕਦੇ ਹਾਂ ਭਰਪੂਰ ਤੁਹਾਡੇ ਕੋਲ 19 ਸੀਟਾਂ ਜੇ ਮੈਂ ਜਨਰਲ ਕੈਟਾਗਰੀ ਦੀ ਗੱਲ ਕਰਾਂ ਤਾਂ 19 ਸੀਟਾਂ ਤੁਹਾਡੇ ਕੋਲ ਜੇ ਮੈਂ ਫੀਮੇਲ ਸੀ ਨੂੰ ਵਾਰ ਕਰ ਦਵਾਂ ਤਾਂ ਫੀਮੇਲ ਜੀ ਕਿੰਨੀਆਂ ਬੈਠੀਆਂ ਆਪਣੀਆਂ 8 ਸੀਟਾਂ ਬੈਠੀਆਂ ਤਾ ਫੀਮੇਲ ਜੇ ਆਪਣੀ ਦਿਨ ਰਾਤ ਇੱਕ ਕਰ ਦਵੇ ਹੈ ਸਾਡੀ ਜਿਹੜੀ ਮਹਿਲਾਵਾਂ ਨੇ ਦਿਨ ਰਾਤ ਇੱਕ ਕਰਦਮ ਉਹਨਾਂ ਨੂੰ ਉੱਪਰ ਆਣ ਤੋਂ ਤਾਂ ਕੋਈ ਨਹੀਂ ਰੋਕ ਸਕੇਗਾ ਫੀਮੇਲ ਤੇ ਜਿਹੜਾ ਕੰਪੀਟੀਸ਼ਨ ਹੈ ਤੁਸੀਂ ਇਹਦੀ ਮਾਂ ਚ ਲਗਾ ਕੇ ਨਾ ਚੱਲਣਾ ਕਿ ਜਿਹੜੀਆਂ ਫੀਮੇਲਸ ਅੱਛੇ ਵੱਡੇ ਇਗਜ਼ਾਮ ਦੀ ਤਿਆਰੀ ਕਰਦੀਆਂ ਨੇ ਉਹ ਹੀ ਉੱਪਰ ਰੈਂਕ ਆਏਗਾ ਤੁਸੀਂ ਵੀ ਜੇ ਤੁਸੀਂ ਕੱਲੇ ਸਟੇਟ ਇਗਜ਼ਾਮ ਦੀ ਤਿਆਰੀ ਕਰਦੇ ਹੋ ਕਲਰਕ ਦੀ ਤਿਆਰੀ ਕਰਦੇ ਹੋ ਜੇ ਤੁਸੀਂ ਦਿਨ ਰਾਤ ਇੱਕ ਕਰਦੇ ਹੋ ਸਹੀ ਸਟਰੈਟਜੀ ਅਪਣਾਣੇ ਹੋ ਤਾਂ ਤੁਸੀਂ ਵੀ ਉੱਪਰ ਜਾ ਸਕਦੇ ਹੋ ਤੁਹਾਨੂੰ ਕੌਣ ਰੋਕ ਸਕਦਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਦੈਨ ਇਸੇ ਤਰੀਕੇ ਨਾਲ ਮੈਂ ਆਪਣੇ ボイス ਨੂੰ ਕਹਾਂਗਾ ਕਿ ਜਿਹੜੇ ਸਟੂਡੈਂਟਸ ਠੀਕ ਹੈ ਜਿਹੜੇ ਸਾਡੇ ਜਿਨ੍ਹਾਂ ਦੀ ਕੈਟਾਗਰੀ ਆਪਣੀ ਜਨਰਲ ਕੈਟਾਗਰੀ ਵਿੱਚ ਆਉਂਦੇ ਨੇ ਤੇ ਇਹ ਦਿਮਾਗ 'ਚ ਲੱਗਨੇ ਚੱਲਣਾ ਕਿ ਬੱਚੇ ਦਾ ਪਤਾ ਨਹੀਂ ਕਿ ਕਿੰਨੇ ਸਾਲ ਤੋਂ ਤਿਆਰੀ ਕਰ ਰਹੇ ਨੇ ਮੈਂ ਤਾਂ ਹੁਣੇ ਜੁੜਿਆ 2 ਮਹੀਨੇ ਹੋਏ ਨੇ ਈਵਨ ਕਿ ਮੈਂ ਇਹ ਤੁਹਾਡੇ ਨਾਲ ਨਾਲ ਖੜਾ ਕਿ ਜਿਹੜੇ ਬੱਚੇ ਨਾਲ ਤਿਆਰੀ ਨਹੀਂ ਸ਼ੁਰੂ ਕੀਤੀ ਨੈਪ ਦੀ ਨੈ ਤਾਂ ਪੇਪਰ ਭਰਿਆ ਪਿਆ ਸੀ ਪਿਛਲੇ 2 ਸਾਲਾਂ ਤੋਂ ਮਗਰ ਤਿਆਰੀ ਨਹੀਂ ਸ਼ੁਰੂ ਕੀਤੀ 2 ਸਾਲ ਹੀ ਹੋਣ ਲੱਗੇ ਹਨ ਡਨ ਤਾਂ ਉਹਨਾਂ ਨੂੰ ਮੈਂ ਕਹਿ ਦਵਾਂ ਕਿ ਇਹ ਸੁਨਹਿਰਾ ਮੌਕਾ ਕਿ ਜੇ ਨਿਆਬੀ ਤਿਆਰੀ ਕਰ ਰਹੇ ਹੋ ਤਾਂ ਸ਼ੁਰੂ ਕਰ ਦਿਓ ਤਿਆਰੀ ਮਗਰ ਹੁਣ ਜਿੰਨਾ ਬੱਚੇ ਨੇ ਪ੍ਰੋਪਰ ਤਿਆਰੀ ਸ਼ੁਰੂ ਨਹੀਂ ਕੀਤੀ ਉਹਨਾਂ ਨੂੰ 10ਵਾਂ ਹੁਣ ਉਹ ਸਮਾਂ ਨਹੀਂ ਹੈ ਕਿ ਤੁਸੀਂ ਬੁੱਕਸ ਚੱਕੋ 21 ਕਿ ਬੁੱਕਸ ਚੱਕੋ ਐਨਸੀਆਰਟੀ ਪੜੋ ਅਲੱਗ-ਅਲੱਗ ਬੁੱਕਸ ਪੜੋ ਤੁਹਾਨੂੰ ਇੱਕ ਪ੍ਰੋਪਰ ਸਟਰੈਟਜੀ ਚਾਹੀਦੀ ਹੈ ਇੱਕ ਸਹੀ ਟਾਈਮ ਵਿੱਚ ਯਾਨਕਿ ਜੇ ਤੁਸੀਂ ਡੇਲੀ 8 ਤੋਂ 9 ਘੰਟੇ ਪੜੋ ਤਾਂ 8 ਤੋਂ 9 ਘੰਟੇ ਉਹ ਹੋਣੇ ਚਾਹੀਦੇ ਨੇ ਜਿਸ ਵਿੱਚ ਤੁਹਾਡੇ ਮੋਸਟ ਲਿਖ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸਬਜੈਕਟਸ ਕਵਰ ਹੋ ਜਾਣ ਪਲੱਸ ਰਿਵੀਜ਼ਨ ਵੀ ਹੋ ਜਾਵੇ ਆਦਿ ਉਹ ਬੱਚਾ ਜਿਹੜਾ ਉਹ ਮਤਲਬ ਤਿਆਰੀ ਨੂੰ ਭਰਪੂਰ ਕਰੇਗਾ ਠੀਕ ਹੈ ਇਸ ਵੀ ਧਿਆਨ ਵਿੱਚ ਰੱਖ ਸਕਦੇ ਹੋ ਸਮਝ ਗਏ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ ਬੁੱਕਸ ਚੱਕੋਗੇ ਰਿਵੀਜ਼ਨ ਕਰੋਗੇ ਨੋਟਸ ਬਣਾਓਗੇ ਨਹੀਂ ਤੁਹਾਨੂੰ ਆਪਣੀ ਤਿਆਰੀ ਨੂੰ ਇਸ ਤਰੀਕੇ ਨਾਲ ਕਰਨਾ ਹੈ ਕਿ ਰਿਵੀਜ਼ਨ ਵੀ ਉਸੇ ਦਿਨ ਹੋਵੇ डन ਕਿਉਂਕਿ ਮੋਸਟਲੀ ਹੁਣ ਤੁਹਾਡੇ ਕੋਲ ਕਿੰਨਾ ਸਮਾਂ ਬਚਿਆ ਜੀ ਆਪਾਂ ਐਗਜ਼ਾਮ ਪੋਸਟਪੋਨ ਹੋਇਆ 20 ਮਾਰਚ ਦਾ ਐਗਜ਼ਾਮ ਪੋਸਟਪੋਨ ਹੋਇਆ ਤਾਂ ਕਿੰਨਾ ਸਮਾਂ ਅੱਗੇ ਜਾਏਗਾ ਮਈ ਜੀ ਹੀ ਐਗਜ਼ਾਮ ਹੋਏਗਾ ਉਸ ਤੋਂ ਡਿਲੇ ਨਹੀਂ ਹੋ ਸਕਦਾ ਠੀਕ ਹੈ ਮਈ ਚ ਹੀ ਐਗਜ਼ਾਮ ਹੋਏਗਾ 20 ਮਾਰਚ ਅਪ੍ਰੈਲ ਚ ਨਹੀਂ ਹੋ ਸਕਦਾ ਐਗਜ਼ਾਮ ਹੋ ਸਕਦਾ ਹੈ ਮਗਰ ਬਹੁਤ ਘੱਟ ਚਾਂਸਸ ਹੈ ਅਪ੍ਰੈਲ ਚ ਹੋ ਜੇ ਓਕੇ ਜੇ ਅਪ੍ਰੈਲ ਚ ਕਰਾਣਾ ਹੁੰਦਾ ਤਾਂ ਉਹ 20 ਮਾਰਚ ਨੂੰ ਪੋਸਟਪੋਨ ਇੰਨੀ ਮਤਲਬ ਉਹਨਾਂ ਦੀ ਤਿਆਰੀਆਂ ਭਰਪੂਰ ਨਹੀਂ ਸੀ ਸਹੀ ਤਰੀਕੇ ਨਾਲ ਕੁਝ ਐਸਾ ਹੋਇਆ ਹੈ ਕਿ ਜਿਸ ਕਰਕੇ 20 ਮਾਰਚ ਐਗਜ਼ਾਮ ਨਹੀਂ ਲੈ पाए ਤਾਂ ਉਹਨਾਂ ਨੂੰ ਪ੍ਰੋਪਰ ਟਾਈਮ ਚਾਹੀਦਾ 1 ਮੰਥ ਤਾਂ ਚਾਹੀਦਾ ਅਸੀਂ ਮੰਨ ਕੇ ਚੱਲੋ 20 ਅਪ੍ਰੈਲ ਤੱਕ ਤਾਂ ਐਗਜ਼ਾਮ ਨਹੀਂ ਹੋ ਸਕਦਾ ਤਾਂ ਮੈਂ ਫਿਰ ਮਈ ਚ ਹੀ ਮੰਨ ਕੇ ਚੱਲ ਰਿਹਾ ਕਿ ਮਈ ਚ ਐਗਜ਼ਾਮ ਹੋ ਸਕਦਾ ਹੈ ਠੀਕ ਹੈ ਤੁਹਾਡੇ ਕੋਲ ਕਿੰਨੇ ਕਿੰਨਾ ਟਾਈਮ ਬਚਿਆ ਸਿਰਫ ਤੁਹਾਡੇ ਕੋਲ ਜੇ ਮੈਂ ਦੇਖਾਂ 15 ਦਿਨਾਂ ਬਚੇ ਠੀਕ ਹੈ ਤੇ 30 ਦਿਨ ਉਹ 45 ਦਿਨ ਬਚੇ ਤੁਹਾਡੇ ਕੋਲ ਠੀਕ ਹੈ 45 ਦਿਨ ਤੁਹਾਨੂੰ ਕੀ ਕੀ ਕਰਨਾ ਹੈ ਪੋਲੀਟੀ ਕਰਨੀ ਹੈ ਤੁਹਾਨੂੰ ਹਿਸਟਰੀ ਕਰਨੀ ਹੈ ਠੀਕ ਹੈ ਤੁਹਾਨੂੰ ਜੀਓਗ੍ਰਾਫੀ ਕਰਨੀ ਹੈ ਤੁਹਾਨੂੰ ਕਰੰਟ ਅਫੇਅਰ ਕਰਨੇ ਹਨ ਤੁਹਾਨੂੰ ਹੋਰ ਕੀ ਕੀ ਕਰਨਾ ਹੈ এনवायरमेंट ਕਰਨੀ ਹੈ ਤੁਹਾਨੂੰ ਸਾਇੰਸ ਐਂਡ ਟੈਕ ਕਰਨਾ ਹੈ ਸਾਇੰਸ ਦਾ ਥੋੜਾ ਬੋਲ ਤਾਂ ਬੇਸਿਕ ਵੀ ਕਰਨਾ ਹੈ ਰੀਜ਼ਨਿੰਗ ਵੀ ਕਰਨੀ ਹੈ ਹਨਾ ਇੰਨਾ ਕੁਝ ਕਰਨਾ ਤੁਹਾਨੂੰ ਡਨ ਉਸ ਸਿਚੁਏਸ਼ਨ ਮੈਂ ਮੰਨ ਲੈਣਾ ਪੋਲੀਟੀ ਤੁਹਾਨੂੰ ਆ ਸਕਦੀ ਹੈ ਹਿਸਟਰੀ ਤੁਹਾਨੂੰ ਆ ਸਕਦੀ ਹੈ ਮਗਰ এনवायरमेंट ਕਿੱਥੇ एनवायरनमेंट ਦੇ ਜਿਹੜੇ ਇਸ਼ੂਸ ਐ ਉਹ ਕਿੱਥੇ ਜਾਣਗੇ ਸਾਇੰਸ ਐਂਡ ਟੈਕ ਦੇ ਜਿਹੜੇ ਇਸ਼ੂਸ ਐ ਉਹ ਕਿੱਥੇ ਜਾਣਗੇ ਉਹਨਾਂ ਨੂੰ ਕਿਵੇਂ ਅਸੀਂ ਭਰਪੂਰ ਕਰਾਂਗੇ ਠੀਕ ਐ ਹੁਣ ਗੱਲ ਆ ਜਾਉਂਦੀ ਤੁਹਾਨੂੰ ਇਹ ਮੈਂ ਦੱਸਦਾ ਕਿ ਕੀ ਕੀ ਚੀਜ਼ਾਂ ਆਪਾਂ ਨੂੰ ਕਵਰ ਕਰਨੀਆਂ ਐ ਤਿਆਰੀ ਕਿਸ ਤਰ੍ਹਾਂ ਕਰੀਏ ਤਿਆਰੀ ਦੇ ਐਗਜ਼ਾਮਪਲ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਆਪਣਾ ਤੁਸੀਂ ਪਲੈਟਫਾਰਮ ਤੁਸੀਂ ਨਿਊਜ਼ ਚੈਨਲ ਦੇਖਦੇ ਹੋ ਨਿਊਜ਼ ਚੈਨਲ ਤੁਸੀਂ ਦੇਖੋਗੇ ਕਿ ਹਰੇ ਕੋਈ ਹਰੇ ਕੋਈ ਨਿਊਜ਼ ਦੇ ਰਿਹਾ ਦਨ ਮਗਰ ਸਾਨੂੰ ਕਿਹੜੀ ਨਿਊਜ਼ ਅੱਛੀ ਲੱਗਦੀ ਐ ਜਿਸ ਵਿੱਚ ਕੁਝ ਵਜਨ ਹੁੰਦਾ ਜਦੋਂ ਆਪਾਂ ਅਨੂ ਸਵਿਚ ਐਨਡੀਟੀਵੀ ਦੀਆਂ ਨਿਊਜ਼ ਪੜ੍ਹਦੇ ਆਂ ਸਪੈਸ਼ਲੀ ਆਪਾਂ ਪ੍ਰਾਈਮ ਟਾਈਮ ਪੜ੍ਹਦੇ ਆਂ ਆਪਾਂ ਸਾਨੂੰ ਬਾਕੀਆਂ ਨਾਲੋਂ ਇੱਕ ਵੱਖਰਾ ਚੀਜ਼ ਦੇਖਣ ਨੂੰ ਮਿਲਦੀ ਐ ਐਨਡੀਟੀਵੀ 'ਚ ਦੇਖਣ ਨੂੰ ਮਿਲਦੀ ਨਹੀਂ ਮਿਲਦੀ ਮੈਂ ਇੱਕ ਐਗਜ਼ਾਮਪਲ ਲਾ ਰਿਹਾ ਇਸੇ ਤਰੀਕੇ ਨਾਲ ਜੇ ਤੁਸੀਂ ਨੈਵੀ ਤਿਆਰੀ ਕਰਦੇ ਹੋ ਤੁਹਾਨੂੰ ਬਹੁਤ ਸਾਰੇ ਚੈਨਲ ਆ ਪੰਜਾਬ 'ਚ ਔਨਲਾਈਨ ਚੈਨਲ ਤਾਂ ਬਹੁਤ ਸਾਰੇ ਆ ਮਗਰ ਆਖਿਰ ਕੋਣ ਐਸਾ ਪਰਸਨ ਐ ਜਾਂ ਕੋਣ ਐਸਾ ਪਲੇਟਫਾਰਮ ਐ ਜੋ ਅਫੋਰਡੇਬਲ ਪ੍ਰਾਈਸ 'ਤੇ ਤਿਆਰੀ ਕਰਾ ਰਹੇ ਠੀਕ ਆ ਜੋ ਅਫੋਰਡੇਬਲ ਪ੍ਰਾਈਸ 'ਤੇ ਤਿਆਰੀ ਕਰਾ ਰਹੇ ਕੋਈ ਤਾਂ ਐਸਾ ਪਰਸਨ ਐ ਨਾ ਉਹ ਮੰਨ ਲਓ ਕਿ ਬਹੁਤ ਸਾਰੇ ਮਹਿੰਗੇ ਕੋਰਸਿਸ ਹੈ 5 5 6 6 ਹਜ਼ਾਰ ਦੇ ਕੋਰਸਿਸ ਹੈ ਨੈਤ ਤਹਿਸੀਲਦਾਰ ਦੇ ਦਨ ਕੋਈ ਤੇ 15000 ਦਾ ਕੋਰਸ ਲੈ ਕੇ ਬੈਠੇ ਹੋਏ ਕਿ 15000 ਤੁਹਾਡੀ ਸੀਟ ਪੱਕੀ ਕਰ ਦਾਂਗੇ ਇਹ ਸਚਾਈ ਇਹ ਸਚਾਈ ਹੈ ਕੋਈ ਵੀ ਪਲੇਟਫਾਰਮ ਤੁਹਾਡੀ ਸੀਟ ਨਹੀਂ ਪੱਕੀ ਕਰ ਸਕਦਾ ਭਾਵੇਂ ਉਹ ਯੂਪੀਐਸਸੀ ਦਾ ਬੱਚਾ ਪੇਪਰ ਦੇ ਰਿਆ ਹੋਵੇ ਭਾਵੇਂ ਤੁਸੀਂ ਨੈਤ ਦਾ ਪੇਪਰ ਦੇ ਦਿਓ ਭਾਵੇਂ ਕਲਰਕ ਦੇ ਦਿਓ ਦੇ ਦੋ ਭਾਵੇਂ ਰੇਲਵੇ ਦਾ ਦੇ ਦਿਓ ਕੋਈ ਵੀ ਪਲੇਟਫਾਰਮ ਇਹ ਦਾਅਵਾ ਕਰ ਨਹੀਂ ਸਕਦਾ ਕਿ ਮੇਰੀ ਸੀਟ ਪੱਕੀ ਹੈ ਇਹ ਸਭ ਕੁਝ ਤੁਹਾਡੇ ਉੱਪਰ ਸਾਡਾ ਸਾਡਾ ਸਿਰਫ ਪਾਸ ਦੇਣ ਦਾ ਕੰਮ ਹੁੰਦਾ ਹੈ ਤਿਆਰੀ ਤੁਹਾਨੂੰ ਕਰਨੀ ਹੈ ਠੀਕ ਹੈ ਦਿਨ ਦਾ ਤੁਹਾਨੂੰ ਕਰਨਾ ਹੈ ਠੀਕ ਹੈ ਕੰਮਰੇਚ ਬੈੱਕ ਦੀ ਤਿਆਰੀ ਤੁਹਾਨੂੰ ਕਰਨੀ ਹੈ ਸਟ੍ਰੈਟਜੀ ਤੁਹਾਨੂੰ ਬਣਾਣੀ ਹੈ ਸਾਨੂੰ ਸਿਰ ਪਾ ਦੇਣਾ ਕਿ ਇਸ ਤਰੀਕੇ ਨਾਲ ਤਿਆਰੀ ਕਰ ਲਵਾਂਗੇ ਜਲਦੀ ਪਹੁੰਚ ਜਾਓਗੇ ਠੀਕ ਹੈ ਚੱਲਣਾ ਤੁਹਾਨੂੰ ਹੈ ਡਿਪੈਂਡ ਤੁਹਾਡੇ ਤੇ ਕਰਦਾ ਹੈ ਠੀਕ ਹੈ ਸਮਝ ਰਹੇ ਹੋ ਤਾਂ ਫਿਰ ਜੇ ਆਪਾਂ ਕਹੀਏ ਸਾਨੂੰ ਸਾਨੂੰ ਅਫੋਰਡੇਬਲ ਪ੍ਰਾਈਸ ਤੇ ਕੋਕਿ ਅਸੀਂ ਤਾਂ ਐਸਾ ਤਾਂ ਨਹੀਂ ਹੈ ਕਿ ਸਾਡੇ ਪਤਾ ਨਹੀਂ ਬਹੁਤ ਸਾਰੇ ਪੁਸ਼ਤਾਨੀ ਸਾਡੇ ਮਾਪਿਓ ਬਹੁਤ ਸਾਰਾ ਪੈਸਾ ਸਾਡੇ ਕੋਲ ਅਸੀਂ इजीली 15-15000 ਰੁਪਏ ਰੋੜ ਦਾਂਗੇ ਸਾਨੂੰ ਹੁੰਦਾ ਕਿ ਸਾਨੂੰ ਫੋਰਡੇਵਰ ਪ੍ਰਾਈਸ ਤੇ ਕੋਈ ਐਸਾ ਕੋਰਸ ਮਿਲ ਜੇ ਜਿਸ ਵਿੱਚ ਸਾਰੇ ਚੀਜ਼ਾਂ ਕਵਰ ਹੋ ਜਾਣ ਤੇ ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਪਾਥ ਵੀ ਦੱਸ ਦੇ ਕਿ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਬਹੁਤ ਹੀ ਘੱਟ ਐਸੇ ਮਤਲਬ ਤੁਹਾਨੂੰ ਕੋਰਸਿਸ ਐਸੇ ਕਿਸੇ ਕੋਈ ਚੈਨਲ ਮਿਲੇਗਾ ਇਹ ਤਾਂ ਨਾ ਫੋਰਡੇਵਰ ਪ੍ਰਾਈਸ ਤੇ ਕੋਈ ਕਰਾਏਗਾ ਤੁਸੀਂ ਆਪਣੇ ਜਿਹੜਾ ਬੰਦਾ ਲੌਜੀਕਲ ਦਿਮਾਗ ਨਾਲ ਸੋਚ ਰਿਹਾ ਨਾ ਪਰ ਰੀਜ਼ਨਿੰਗ ਦੀ ਗੱਲ ਕਰਦੇ ਆ ਤੁਸੀਂ ਸੋਚੋਗੇ ਕਿ ਕੋਈ ਐਸਾ ਪਲੇਟਫਾਰਮ ਹੈ ਕਿ ਜੋ ਹਜ਼ਾਰ ਤੋਂ 1500 ਦੇ ਵਿੱਚ ਤੁਹਾਨੂੰ ਫੁੱਲ ਕੋਰਸ ਵੀ ਦੇ ਦੇਵੇ ਪ੍ਰੈਕਟਿਸ ਵੀ ਕਰਾ ਦੋਵੇ ਠੀਕ ਹੈ ਡਾਊਟ ਵੀ ਕਲੀਅਰ ਕਰਾ ਦੋਵੇ ਤੁਹਾਡੇ ਸਾਰੇ ਸਬਜੈਕਟਸ ਦਾ ਸਾਰਾ ਸਿਲੇਬਸ ਕਵਰ ਕਰਾ ਦੋਵੇ ਐਮਸੀਕਿਊ ਪ੍ਰੈਕਟਿਸ ਵੀ ਕਰਾ ਦੋਵੇ ਕੋਈ ਐਸਾ ਹੈ ਯੈਸ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਅੱਛੇ ਅੱਛੇ ਚੈਨਲ ਨੇ ਜਿਨ੍ਹਾਂ ਵਿੱਚੋਂ ਅਸੀਂ ਵੀ ਇੱਕ ਚੈਨਲ ਆਪਣੇ ਆਪ ਨੂੰ ਸਾਹਮਣੇ ਲਿਆਉਂਦੇ ਆ ਕਿ ਜਿਹੜਾ ਗਿਲਸ ਮੈਂਟਰ ਚੈਨਲ ਹੈ ਉਸਨੇ ਵੀ ਹਮੇਸ਼ਾ ਤੁਸੀਂ ਕਦੇ ਵੀ ਦੇਖਣਾ ਸਾਡੀ ਜਿਹੜੀ ਗਿਲਸ ਮੈਂਟਰ ਐਪ ਹੈ ਗਿਲਸ ਮੈਂਟਰ ਜਿਹੜੀ ਐਪ ਹੈ ਉਹ ਤੁਸੀਂ ਐਪ ਤੇ ਜਾਓ ਬਹੁਤ ਹੀ ਅਫੋਰਡੇਬਲ ਪ੍ਰਾਈਸ ਸਬਹੁਤ ਹੀ ਅਫੋਰਡੇਬਲ ਪ੍ਰਾਈਸ ਹਜ਼ਾਰ ਤੋਂ 1500 ਦੇ ਵਿੱਚਕਾਰ ਹੀ ਸਾਰੇ ਕੋਰਸਿਸ ਨੇ ਸਾਡੇ ਡਨ ਮਗਰ ਅਸੀਂ ਸਭ ਤੋਂ ਉੱਪਰ ਬੈਸਟ ਸੇਲਰ ਕੋਰਸ ਸਾਡਾ ਕਿਹੜਾ ਰਿਹਾ ਜੇ ਆਪਾਂ ਦੇਖੀਏ ਨੈਬ ਦਾ ਠੀਕ ਹੈ ਨੈਬ ਦਾ ਟੇਕੋਪਰੇਟਿਵ ਦਾ ਕਿਉਂ ਕਿਉਂਕਿ ਬੱਚਿਆਂ ਦਾ ਫੀਡਬੈਕ ਬਹੁਤ ਅੱਛਾ ਹੈ ਬੱਚੇ ਕਹਿੰਦੇ ਇੰਨੇ ਘੱਟ ਪ੍ਰਾਈਸਿਸ ਵਿੱਚ ਤੁਸੀਂ ਬਹੁਤ ਕੁਝ ਦੇ ਰਹੇ ਹੋ ਮੈਂ ਤੁਹਾਨੂੰ ਦੱਸਦਾ ਸੀ ਕੀ ਕੁਝ ਦੇ ਰਹਿਆ ਜੇ ਮੈਂ ਗੱਲ ਆਖਾਂ ਹੁਣ ਗੱਲ ਕਰ ਲੈਨੇ ਆਪਾਂ ਆਪਣਾ ਨੈਪ ਤਸੀਲ ਦਾ ਐਗਜ਼ਾਮ ਦੇ ਲਈ ਠੀਕ ਹੈ ਜੇ ਤੇ ਮੈਂ ਕਹ ਲੱਖਾਂ ਇੱਕ ਤਾਂ ਸਭ ਤੋਂ ਪਹਿਲੀ ਗੱਲ ਸਾਰੀਆਂ ਲਾਈਵ ਕਲਾਸਿਸ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਬੱਚਾ ਲਾਈਵ ਕਲਾਸ ਨਹੀਂ ਲਗਾ ਸਕਦਾ ਨੌਕਰੀ ਕਰਦਾ ਹੈ ਤਾਂ ਰਿਕਾਰਡਡ ਨਹੀਂ ਦੇਖ ਸਕਦਾ ਰਿਕਾਰਡਡ ਵੀ ਦੇਖ ਸਕਦਾ ਹੈ ਠੀਕ ਹੈ ਰਿਕਾਰਡਡ ਵੀ ਦੇਖ ਸਕਦਾ ਉਸ ਤੋਂ ਇਲਾਵਾ ਅਫੋਰਡੇਬਲ ਪ੍ਰਾਈਸ ਹੈ ਕਿੰਨਾ ਪ੍ਰਾਈਸ ਹੈ ਇਹਦਾ ਅਸੀਂ 50% ਆਫ ਕਰ ਦਿੱਤਾ 50% ਹੋਲੀ ਕਰਕੇ ਹੋਲੀ ਦੇ ਆਫਰ ਨੂੰ ਆਪਾਂ ਐਕਸਟੈਂਡ ਕਰ ਰਹੇ ਹਾਂ ਠੀਕ ਹੈ ਅਸੀਂ ਨੂੰ 50% ਆਫ ਕਰਕੇ ਸਿਰਫ 99 ਦਾ ਇਹ ਕੋਰਸ ਦੇਖਣ ਨੂੰ ਮਿਲੇਗਾ ਅਸੀਂ ਸੋਚਿਆ ਸਾਨੂੰ ਆਪਣੇ ਪ੍ਰਾਈਸਿਸ ਨੂੰ ਵਧਾਉਣਾ ਚਾਹੀਦਾ ਸਾਡਾ ਸਟਾਫ ਦਾ ਰੈਵਨਿਊ ਮਤਲਬ ਥੱਲੇ ਜਾ ਰਿਹਾ ਹੈ ਜਾਨਕਿ ਸਟਾਫ ਦੀ ਸੈਲਰੀ ਨਹੀਂ ਪੂਰੀ ਹੋ ਪਾ ਰਹੀ ਬਟ ਅਸੀਂ ਸੋਚਿਆ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਜ਼ਿਆਦਾ ਹੈ ਉਹਨਾਂ ਨੇ ਸਰਕਾਰ ਅੱਛੀ ਚੁਣੀ ਹੈ ਦੈਨ ਉਹਨਾਂ ਨੂੰ ਸਰਕਾਰ ਤੋਂ ਉਮੀਦ ਬਹੁਤ ਜ਼ਿਆਦਾ ਹੈ ਤਾਂ ਅਸੀਂ ਕਿਉਂ ਪਿੱਛੇ ਰਹੀਏ ਅਸੀਂ ਸਭ ਤੋਂ ਪਹਿਲੇ ਤੁਹਾਡੇ ਨਾਲ ਖੜਾਂਗੇ ਸਟਾਫ ਦਾ ਦੁਆਰਾ ਰਿਕਰੂਟ ਹੋ ਜਾਏਗਾ ਮਗਰ ਤੁਸੀਂ ਤੁਸੀਂ ਜੇ ਨੌਕਰੀ ਨਾ ਲੱਗੇ ਤੁਹਾਡੇ ਘਰ ਤੁਸੀਂ ਪਰੇਸ਼ਾਨ ਹੋਵੋਗੇ ਠੀਕ ਹੈ ਨਾ ਅਸੀਂ ਮਿਲ ਜੁਲ ਕੇ ਕੰਮ ਕਰੀ ਸਰਕਾਰ ਪਰਚੀਆਂ ਕੱਢੇ ਅਸੀਂ ਤੁਹਾਨੂੰ ਤਿਆਰੀ ਦੇਈਏ ਠੀਕ ਇੱਕ affordable price ਤੇ ਦੇਈਏ ਤੁਹਾਡਾ ਕੰਮ ਹੋਵੇ ਤੁਸੀਂ ਅੱਗੇ ਵੱਧੋ ਲਾਈਫ ਵਿੱਚ ਹੈਨਾ ਤਾਂ ਇਹ ਚੀਜ਼ ਪੂਰੀ ਕਰਨੀ ਹੈ ਬੱਚੇ ਪੁੱਛਨੇ ਕਈ ਵਾਰੀ ਕਿ ਨੈਪਸ ਲਾਲ ਦੇ ਸਾਨੂੰ ਨੋਟਸ ਚਾਹੀਦੇ ਨੇ ਅਸੀਂ ਬੱਚਿਆਂ ਨੂੰ ਕਹਿੰਨੇ ਬੱਚਿਓ ਕਿ ਅਸੀਂ ਤੁਹਾਨੂੰ affordable price ਤੇ ਪੂਰਾ ਕੋਰਸ ਦੇ ਰਹੀਆਂ ਜਿਸ ਵਿੱਚ ਨੋਟਸ ਤਾਂ ਹੈ ਹੀਆਂ ਇੱਕ ਤੇ ਕਲਾਸਿਸ ਵੀ ਹੈ ਠੀਕ ਹੈ ਕਲਾਸਿਸ ਵੀ ਹੈ ਉਸ ਤੋਂ ਇਲਾਵਾ ਇੰਨਾ ਤੋਂ ਇਲਾਵਾ ਪ੍ਰੈਕਟਿਸ ਕਲਾਸਿਸ ਵੀ ਹੈ ਪ੍ਰੈਕਟਿਸ ਕਲਾਸਿਸ ਦਾ ਮਤਲਬ ਸਮਝ ਰਹੇ ਹੋ ਕਿ 5000 ਐਮਸੀਕਿਊਸ ਵੀ ਨਾਲ ਨਾਲ ਕਵਰ ਹੋ ਰਹੇ ਨੇ ਜਿੱਦੇ ਡੈਮੋ ਲੈਕਚਰਸ ਰੋਜ਼ ਰਾਤ 7:00 ਵਜੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਤੇ ਮੈਡਮ ਸਮਝਾਉਂਦੇ ਨੇ ਸਟੇਟਮੈਂਟ ਬੇਸ ਕੁਐਸਚਨ ਦਿੰਦੇ ਨੇ ਤੇ ਤੁਹਾਨੂੰ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਕਿਹੜੇ ਕਿਹੜੇ ਕੁਐਸਚਨ ਕਿਸ ਕਿਸ ਤਰੀਕੇ ਨਾਲ ਅਟੈਂਪਟ ਕਰਨੇ ਨੇ ਉਹ ਵੀ ਉਸ ਕੋਰਸ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੈਨ ਤੇ ਸਭ ਤੋਂ ਵੱਡੀ ਗੱਲ ਇਹ ਕੋਰਸ ਜੇ ਮੈਂ ਦੇਖਾਂ origianally ਮਤਲਬ ਜੇ ਆਪਾਂ ਇਹ ਸਾਰੇ ਸਬਜੈਕਟਸ ਨੂੰ ਕਵਰ ਕਰੀਏ ਤਾਂ ਸਾਡਾ ਖਰਚਾ ਵੀ ਤਾਂ ਵਧਦਾ ਨਾ ਸਟਾਫ ਫੈਕਲਟੀ ਜਾਂ ਸਾਡੇ ਮਗਰ ਅਸੀਂ ਸੋਚਿਆ ਨਹੀਂ ਬੱਚਾ ਬੱਚੇ ਸਾਡੇ ਲਈ ਉੱਪਰ ਹੈ ਸਭ ਤੋਂ ਪ੍ਰਾਈਮ ਤੇ ਬੱਚੇ ਹੀ ਹੋਣਗੇ ਮੇਸ਼ਾ ਤਾਂ ਅਸੀਂ ਉਹਨਾਂ ਨੂੰ 50% ਆਫ ਰੱਖਿਆ ਹੋਲੀ ਦੇ ਦਿਨਾਂ ਵਿੱਚ ਠੀਕ ਹੈ ਜਿਹੜੇ ਬੱਚਿਆਂ ਨੂੰ ਹੋਲੀ ਦੇ ਦਿਨਾਂ ਵਿੱਚ ਮਤਲਬ ਹੋਲੀ ਨਹੀਂ ਮਨਾਣੀ ਤਿਆਰੀ ਕਰਨੀ ਹੈ ਤਾਂ ਉਹਨਾਂ ਲਈ ਅਸੀਂ ਉਹਨਾਂ ਨੂੰ ਸਾਥ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਸੀਰੀਅਸ ਨੇ ਉਹਨਾਂ ਲਈ 50% ਆਫ ਕਰ ਰਹੇ ਹਾਂ ਦਨ ਉਸ ਤੋਂ ਇਲਾਵਾ ਇਸ ਕੋਰਸ ਵਿੱਚ ਸਾਰੇ ਸਬਜੈਕਟਸ ਕਵਰ ਹੋਣਗੇ ਹੀ ਹੋਣਗੇ ਪਲੱਸ ਐਡੀਸ਼ਨਲ ਸਬਜੈਕਟਸ ਕਿਹੜੇ ਕਵਰ ਹੋ ਰਹੇ ਨੇ ਕਿ ਸਟੈਟਿਕ ਜੀਕੇ ਤੇ ਸਪੈਸ਼ਲ ਕਰੰਟ ਅਫੇਅਰ ਐਸੇ ਕਰੰਟ ਅਫੇਅਰ ਨਹੀਂ ਕਿ ਜਿਹੜੇ ਵਨ ਲਾਈਨਰ ਹੈ ਉਹ ਕਰੰਟ ਅਫੇਅਰ ਹੋਗੇ ਨਹੀਂ ਸਟੇਟਮੈਂਟ ਬੇਸ ਕਵਰ ਜਿਨ੍ਹਾਂ ਬੱਚੇ ਨੇ ਲਿੱਤਾ ਉਹਨਾਂ ਨੂੰ ਪਤਾ ਹੈ ਕਿ ਕਰੰਟ ਅਫੇਅਰ ਇਸ ਤਰ੍ਹਾਂ ਕਵਰ ਕਰਾ ਰਹੇ ਹਾਂ ਪ੍ਰੋਪਰਲੀ ਡਿਸਕਸ ਕਰਦੇ ਹਾਂ ਕਿ ਇਸ ਕਰੰਟ ਫੇਅਰ ਦਾ ਬੈਕਗ੍ਰਾਉਂਡ ਕੀ ਸੀ ਫਿਊਚਰ ਕੀ ਹੈ ਪੂਰਾ ਕਵਰ ਕਰਦੇ ਹਾਂ ਮੈਂ ਹੰਦਾ ਪੂਰਾ ਕੰਟਾ ਲਗਾ ਕੇ ਇਸ ਬੱਚਿਆਂ ਨੂੰ ਦੈਨ ਉਸ ਤੋਂ ਇਲਾਵਾ এনवायरमेंट ਪੂਰਾ এনवायरमेंट एनवायरनमेंट ਸਮਝ ਰਹੇ ਹੋ ਕਿ ਜਿਸ ਵਿੱਚ ਆਰਗੇਨਾਈਜੇਸ਼ਨਸ ਹੁਣ ਤੋਂ ਹੁਣ ਤੱਕ ਕਿਹੜੀ ਕਿਹੜੀ ਕਾਨਫਰੰਸਸ ਹੋਈਆਂ ਨੇ ਕਨਵੈਂਸ਼ਨਸ ਕਿਡੀਆਂ-ਕਡੀਆਂ ਹੋਈਆਂ ਨੇ ਦੈਨ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਕਿਡੀਆਂ-ਕਡੀਆਂ ਨੇ ਤੇ ਬੇਸਿਕ ਬਾਇਓਡਿਵਰਸਿਟੀ ਕੀ ਹੈ ਠੀਕ ਹੈ এনवायरमेंट ਬਾਰੇ ਪ੍ਰੋਪਰ ਜਾਣਕਾਰੀ ਦੈਨ ਸਾਰੀ ਜਾਣਕਾਰੀ ਆਪਾਂ ਇਸ ਵਿੱਚ ਪ੍ਰੋਵਾਈਡ ਕਰਦੇ ਹਾਂ ਉਹ ਵੀ ਪ੍ਰੋਪਰ ਕੋਈ ਵੀ ਐਸਾ ਪਲੇਟਫਾਰਮ ਨੂੰ ਦੱਸਦੇ ਕੋਈ এনवायरमेंट ਨੂੰ ਬਹੁਤ ਸੀਰੀਅਸਲੀ ਪੜ੍ਹਾਉਂਦਾ ਹੋਵੇ ਉਹ ਵੀ ਇਸ ਵਿੱਚ ਕਵਰ ਕੀਤਾ ਹੋਇਆ ਹੈ ਦੇਖੋ ਤੁਸੀਂ ਦੈਨ ਉਸ ਤੋਂ ਇਲਾਵਾ ਅਗਰ ਦੇਖੋ ਸਾਇੰਸ ਐਂਡ ਟੈਕ ਸਾਇੰਸ ਐਂਡ ਟੈਕ ਦਾ ਐਸਾ ਇਸ਼ੂਆ ਜੋ ਕੋਈ ਨਹੀਂ ਸਮਝਾ ਸਕਿਆ ਸਹੀ ਤਰੀਕੇ ਨਾਲ ਉਹ ਵੀ ਅਸੀਂ ਪੂਰਾ ਕਵਰ ਕਰ ਰਹੇ ਹਾਂ ਠੀਕ ਹੈ ਇਹਦੇ ਇਸ਼ੂਸ ਨੂੰ ਕਰੰਟ ਅਫੇਅਰਸ ਚ ਕਵਰ ਕਰ ਰਹੇ ਹਾਂ ਸਾਡੇ ਮੈਡਮ ਕਰਾ ਰਹੇ ਨੇ ਪਲੱਸ ਇਹਦਾ ਬੇਸਿਕ ਜੋ ਸਾਇੰਸ ਐਂਡ ਟੈਕ ਦਾ ਬੇਸਿਕ ਹੈ ਸਪੇਸ ਐਂਡ ਟੈਕਨੋਲੋਜੀ ਕੀ ਹੁੰਦੀ ਹੈ ਉਹਨਾਂ ਬਾਰੇ ਜਾਣਕਾਰੀ ਰੋਬੋਟਸ ਕੀ ਹੁੰਦੇ ਨੇ ਐਂਡਰੋਇਡ ਐਂਡਰੋਇਡ ਦੇ ਮੇਨ ਪ੍ਰੋਪਰਟੀਸ ਕੀ ਕੀ ਹੈ ਕਈ ਵਾਰ ਪੁੱਛ ਲਿਆ ਜਾਂਦਾ ਉਹ ਵੀ ਕਵਰ ਕਰ ਰਹੇ ਹਾਂ ਉਸ ਤੋਂ ਇਲਾਵਾ ਜੋ ਜਨਰਲ ਸਬਜੈਕਟਸ ਨੇ ਉਹ ਤਾਂ ਕਵਰ ਹੋ ਹੀ ਦੇ ਨੇ ਪੋਲਿਟੀ ਹਿਸਟਰੀ ਰੀਜ਼ਨਿੰਗ ਪੋਲਿਟੀ ਸਾਡੇ ਬਹੁਤ ਅੱਛ ਇਸ ਤਰੀ ਸਾਡੇ ਨੌਜੋਤ ਮੈਮ ਨੇ ਕਰਾਈ ਹੈ ਬਹੁਤ ਅੱਛੀ ਉਸ ਤੋਂ ਲਾਅ ਰੀਜ਼ਨਿੰਗ ਸਾਡੇ ਗਿੱਲ ਸਰ ਕਰਾ ਰਹੇ ਨੇ ਜੋਗਰੀ ਸਾਡੀ ਆਲਰੇਡੀ ਚੱਲ ਰਹੀ ਹੈ ਅਸੀਂ ਇੱਕੋ ਹੀ ਕਰਾ ਚੁੱਕੇ ਨੇ ਅਮ੍ਰਿਤ ਮੈਮ ਨੇ ਕਰਾ ਚੁੱਕੇ ਹਾਂ ਇੱਕ ਵਾਰ ਦੁਬਾਰਾ ਇਸ ਤੋਂ ਆਪਾਂ ਲਾਈਵ ਕਲਾਸਿਸ ਦੇ ਰਹੇ ਹਾਂ ਤਾਂ ਇਹ ਨਿਊ ਬੈਚ ਲਾਂਚ ਹੋਇਆ ਹੁਣੀ ਯਾਨੀ ਕਿ ਜੇ ਮੈਂ ਤੁਹਾਡੇ ਸਾਹਮਣੇ ਵੀਡੀਓ ਪਾ ਰਿਹਾ ਤਾਂ ਇਸੇ ਵੀਡੀਓ ਵਿੱਚ ਮੈਂ ਤੁਹਾਨੂੰ ਅਨਾਉਂਸਮੈਂਟ ਹੋ ਰਹੀ ਹੈ ਕਿ ਨਿਊ ਬੈਚ ਲਾਂਚ ਹੋ ਰਿਹਾ ਜਿਸ ਵਿੱਚ ਅਸੀਂ ਹੁਣ ਦੁਆਰ ਤੋਂ ਆਪਣੇ ਬੱਚਿਆਂ ਨੂੰ ਹੋਰ ਮਤਲਬ ਪ੍ਰੈਕਟਿਸ ਨਾਲ ਹੋਰ ਅੱਛਾ ਕਰਨਾ ਚਾਹੁੰਦੇ ਹਾਂ ਲਾਈਵ ਕਲਾਸਿਸ ਨਾਲ ਇਹਨਾਂ ਨੂੰ ਇਨਰੋਲ ਕਰ ਕਾਕੀ ਬੱਚੇ ਤਿਆਰੀ ਕਰਨ ਮੈਰਿਟ ਵਿਚਾਂ डन ਸੋ ਫਾਈਨਲੀ ਜੇ ਮੈਂ ਦੇਖਾਂ ਤਾਂ 50% ਆਫ ਦੇ ਨਾਲ ਇਹ ਕੋਰਸ ਸਾਰਾ ਤੁਹਾਨੂੰ ਮਿਲੇਗਾ 1099 1100 ਰੁਪਏ ਵਿੱਚ ਬੁੱਕ ਵੀ ਨਹੀਂ ਆਉਂਦੀ ਸਹੀ ਤਰੀਕੇ ਨਾਲ ਪੂਰੇ ਨੋਟਸ ਦੀ ਤੁਹਾਨੂੰ ਅਸੀਂ ਪੂਰੀ ਕਲਾਸਿਸ ਦੇ ਰਹੀਆਂ ਲਾਈਵ ਕਲਾਸਿਸ ਪਲੱਸ ਰਿਕਾਰਡਡ ਕਲਾਸਿਸ ਫ੍ਰੀ ਕਲਾਸ ਪੀਡੀਫਸ ਹੈ ਟਿਕਾ ਪ੍ਰੋਪਰ ਨੋਟਸ ਹੈ ਟਨ ਟੌਪਿਕ ਵਾਈਜ਼ ਸਟਡੀ ਨੋਟਸ ਹੈ ਠੀਕ ਹੈ ਤੇ ਪਲੱਸ 100 ਮੌਕ ਟੈਸਟ ਸੀਰੀਜ਼ ਸਬਜੈਕਟਿਵ ਵਾਈਜ਼ ਵੀ ਤਾਂ ਫੁੱਲਨੈਸ ਮਿਲਾ ਕੇ ਜਿਹੜੇ 100 ਮੌਕ ਟੈਸਟ ਬਣਦੇ ਉਹ ਵੀ ਇਸ ਵਿੱਚ ਕਵਰ डन ਸੋ AC ਅੱਜ ਦੀ ਅਨਾਉਂਸਮੈਂਟ ਜਿਹੋ ਤੁਸੀਂ ਤੁਹਾਡੇ ਅਡੈਂਟਿਸਿਸ ਕੀਤੀ ਜੇ ਤੁਹਾਨੂੰ ਹਲੇ ਵੀ ਥੋੜਾ ਬੋਤਾ ਵੀ ਡਾਊਟ ਹੈ ਇਸ ਨੰਬਰ ਤੇ ਕਾਲ ਕਰ ਲੋ 904104367 ਸਾਰੇ ਡਾਊਟਸ ਕਲੀਅਰ ਹੋ ਜਾਣਗੇ ਪ੍ਰਾਈਮ ਤੇ ਰੱਖਿਆ ਸੀ ਸਟੂਡੈਂਟਸ ਨੂੰ ਪ੍ਰਾਈਮ ਤੇ ਡਨ ਇਹ ਤਾਂ ਤੁਸੀਂ ਐਜ਼ ਅ ਟੀਚਰ ਜੇ ਤੁਹਾਡੇ ਕੋਲ ਕੋਈ ਟੀਚਰ ਹੈ ਕੋਈ ਪੜਾਉਂਦਾ ਹੋਏਗਾ ਤੁਸੀਂ ਉਹ ਡਿਮਾਂਡ ਕਰੋਗੇ ਕਿ ਸਾਡੀ ਅੱਛੀ ਸੈਲਰੀ ਹੋਵੇ ਮਗਰ ਅਸੀਂ ਵੀ ਪ੍ਰਾਈਮ ਤੇ ਰੱਖ ਰਹੇ ਹਾਂ ਸਟੂਡੈਂਟਸ ਨੂੰ ਕਿ ਸੈਲਰੀ ਨੂੰ ਆਪਾਂ ਹਲੇ ਵੀ ਕੰਪਰੋਮਾਈਜ਼ ਕਰ ਸਕਦੇ ਹਾਂ ਬਟ ਸਟੂਡੈਂਟਸ ਨਹੀਂ ਕੰਪਰੋਮਾਈਜ਼ ਹੋਣੇ ਚਾਹੀਦੇ ਤਾਂ ਸਾਨੂੰ ਉਹਨਾਂ ਨੂੰ ਫੋਲੇਬਲ ਪ੍ਰਾਈਸ ਦੀ ਤਿਆਰੀ ਕਰਾਣੀ ਹੈ ਤਾਂ ਕਿ ਬੱਚਾ ਲੈ ਸਕੇ ਇੰਨਾ ਪ੍ਰਾਈਸ ਹੈ ਹਰੇਕ ਕੋਈ ਲੈ ਸਕਦਾ ਥੈਨ ਚਲੋ ਮੰਨ ਸਕਦੇ ਆ ਕਈ ਬੱਚੇ ਕੋ ਨਈ ਇਕਦਮ ਇਕ ਇਕੋਦਮ 1000 ਰੁਪਏ ਕਰਨਾ ਔਖ ਹੈ ਤਾਂ ਕੀ ਕਰ ਸਕਦੇ ਹਾਂ ਇਨਸਟਾਲਮੈਂਟ ਬੇਸਿਸ ਵੀ ਫੀਚਰ ਐਡ ਔਨ ਕਰ ਦਿੱਤਾ ਗਿਆ ਹੈ ਇਨਸਟਾਲਮੈਂਟ ਬੇਸਿਸ ਤੇ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਦੋ ਕਿਸ਼ਤਾਂ ਬਣਣਗੀਆਂ ਕਿਸ ਤਰ੍ਹਾਂ ਤੁਹਾਡਾ ਇਹ ਕੋਰਸ ਪੂਰਾ ਤੁਹਾਨੂੰ ਮਿਲ ਜੇਗਾ ਠੀਕ ਹੈ ਤੁਸੀਂ ਲੈ ਸਕਦੇ ਹੋ ਤੈ ਕਦਣਾ ਕੀ ਹੋਏਗਾ ਸਿੰਪਲ ਟੂ ਸਿੰਪਲ ਗਿਲਸ ਮੈਂਟਰ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਗਿਲਸ ਮੈਂਟਰ ਐਪ ਡਾਊਨਲੋਡ ਕਰ ਲਓ ਮੈਂ ਦੱਸ ਦਿਨਾ ਗਿਲਸ ਨਾਮ ਲਿਖ ਦਿਨਾ ਗਿਲਸ ਮੈਂਟਰ ਐਪ ਡਨ ਉਸ ਤੋਂ ਬਾਅਦ ਸਟੋਰ ਆਪਸ਼ਨ ਵਿੱਚ ਜਾਓ ਉੱਥੇ ਸਰਚ ਕਰੋ ਨੈਪ ਤਹਿਸੀਲਦਾਰ ਤੁਹਾਨੂੰ ਈਜ਼ੀਲੀ ਉਹ ਕੋਰਸ ਮਿਲ ਜਾਏਗਾ ਉਸ ਨੂੰ ਲੈ ਸਕਦੇ ਡਨ ਓਕੇ ਚਲੋ ਏਸੀ ਸਾਡਾ ਕੋਰਸ ਹੋ ਸਕਦਾ ਹੈ ਡੇਲੀ ਸਾਡੇ ਡਿਸਕਾਊਂਟਿੰਗ ਮਿਲਦੀ ਹੈ ਹੋ ਸਕਦਾ ਹੈ ਇਟ ਇਜ਼ 9.99 ਦਾ ਵੀ ਮਿਲ ਜੇ ਡਨ ਉਸੀ ਜਾਉਂਦੇ ਵੈਬਸਾਈਟ ਤੇ ਜਾ ਕੇ ਦੇਖੋ ਉਹ ਸਾਰੇ ਤੁਹਾਨੂੰ ਇਹ ਟ੍ਰਿਪਲ 9 ਦਾ ਵੀ ਮਿਲ ਜੇ ਕਿਉਂਕਿ ਰੋ ਡਿਸਕਾਊਂਟ ਉਸ ਤੇ ਮਿਲਦੇ ਨੇ ਰੋ ਡਿਸਕਾਊਂਟ ਉਸ ਤੇ ਆਫਰ ਆਉਂਦੇ ਨੇ ਚਾਹ ਉਹਦਾ ਫਾਇਦਾ ਚੱਕੋ ਆਪਣੀ ਤਿਆਰੀ ਨੂੰ ਸ਼ੁਰੂ ਕਰੋ ਦੇਖੋ ਉੱਥੇ ਜਾ ਕੇ ਕਿ ਜੀਓਗ੍ਰਾਫੀ ਦੀ ਕਲਾਸਿਸ ਦੋ ਵਾਰੀਆਂ ਠੀਕ ਹੈ ਅਗਲਾ ਮੈਡਮ ਨੇ ਕਰਾਈ ਉਹ ਜਿਸ ਜਿਸ ਮੈਡਮ ਤੁਹਾਨੂੰ ਸਮਝ ਆਉਂਦੀ ਉਸ ਮੈਡਮ ਤੋਂ ਕਰੋ ਠੀਕ ਹੈ ਪੋਲੀਟਿਕ ਦੀ ਕਲਾਸਿਸ ਲਗ ਲਗ ਮੈਂ ਟੀਚਰਸ ਨੇ ਕਰਾਈ ਉਹ ਜਿਸ ਟੀਚਰ ਤੁਹਾਨੂੰ ਸਮਝ ਆਉਂਦਾ ਉਸ ਤੋਂ ਕਰੋ ਬੜਾ ਕੁਛ ਉਸਨੇ ਅਪੀਤਿਲਦਾਰ ਦੇ ਕੋਸ ਵਿੱਚ ਈ ਬੁੱਕਸ ਆ ਬਹੁਤ ਸਾਰੀਆਂ ਜਾਓ ਤੇ ਹੁਣੀ ਕਵਰ ਕਰੋ ਸੋ ਥੈਂਕ ਯੂ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੈਗੂਲਰ ਅਪਡੇਟਸ ਤੁਸੀਂ ਦੇਖ ਰਹੇ ਹੋਵੋਗੇ ਰਿਕਰੂਟਮੈਂਟ ਦੀ ਨੋਟਿਸ ਆਪਾਂ ਪਾ ਰਹੇ ਆ ਡਨ ਓਕੇ ਤੇ ਰੈਗੂਲਰ ਅਪਡੇਟਸ ਅਸੀਂ ਤੁਹਾਨੂੰ ਦੇ ਰਹੀਆਂ ਜਾਓ ਹੁਣੀ ਜਾ ਕੇ ਇਨਰੋਲ ਕਰੋ ਤੇ ਟਾਈਮ ਵੇਸ ਨਹੀਂ ਕਰਨਾ ਕਿਸੇ ਜੇ ਤੁਹਾਨੂੰ ਸਮਝ ਆ ਗਿਆ ਸਾਰਾ ਕੁਝ ਕਿ ਅਸੀਂ ਕਿਸ ਤਰ੍ਹਾਂ ਤਿਆਰੀ ਕਰਾ ਰਹੇ ਹਾਂ ਬਿਲਕੁਲ ਵੀ ਕਨਫਿਊਜ਼ਨ ਨਹੀਂ ਕਰਨੀ ਜਾਓ ਹੁਣੀ ਜਾ ਕੇ ਆਪਣੀ ਤਿਆਰੀ ਸ਼ੁਰੂ ਕਰ ਦੋ ਬਾਕੀ ਸਭ ਕੁਝ ਤੁਹਾਡੇ ਉੱਪਰ ਥੈਂਕ ਯੂ ਥੈਂਕ ਯੂ ਵੈਰੀ ਮਚ